ਕਾਚੇ ਆਉ ਸਾਡੀਆਂ ਕੁੜੀਆਂ ਨੇ ਸਾਧੀਆਂ ਕੁੜੀਆਂ ਨੀ ਬੱਦੂ ਹੁਣ ਹਾਂਜੀ ਦੋਸਤੋ ਸੱਚੀ ਆਕਾਲ ਪੰਜਾਬੀ ਸਿੰਗਰ ਤੇ ਪੰਜਾਬ ਦੀਆਂ ਦੋ ਤਿੰਨ ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਹਾਂ ਸ਼ੁਰੂਆਤ ਕਰਦੇ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਹੀ ਸਿੱਧੂ ਮੂਸੇਵਾਲਾ ਜੱਸ ਦੀ ਕੀ ਮੂਸਾ ਡੈਡ ਫਿਲਮ ਦੀ ਕਾਫੀ ਜ਼ਿਆਦਾ ਚਰਚਾ ਹੈ ਤੇ ਦੋਸਤੋ ਅਸੀਂ ਇਸ ਦਾ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਜਦੋਂ ਤੱਕ ਇਹ ਫਿਲਮ ਰਿਲੀਜ਼ ਨਹੀਂ ਹੋ ਜਾਂਦੀ ਮਤਲਬ 1 ਅਕਤੂਬਰ ਤੱਕ ਉਦੋਂ ਤੱਕ ਹਰੇਕ ਹਫ਼ਤੇ ਇਸ ਰਿਲੇਟਡ ਕੋਈ ਨਾ ਕੋਈ ਕੰਟੈਂਟ ਕੋਈ ਨਾ ਕੋਈ ਸਰਪ੍ਰਾਈਜ਼ ਫਾਈਨਲੀ ਰਿਲੀਜ਼ ਹੁੰਦਾ ਹੀ ਰਹੇਗਾ ਤੇ ਦੋਸਤੋ ਇਸ ਤੋਂ ਇਲਾਵਾ ਸਿੱਧੂ ਸਟੀਲ ਬੰਗਲਸ ਨਾਲ ਇੱਕ ਕ੍ਰਿਕ ਦਿੱਤਾ ਬੋਲਿੰਗ ਕਰ ਰਿਹਾ ਸੀ ਬੈਟਿੰਗ ਕਰ ਰਿਹਾ ਸੀ ਕ੍ਰਿਕਟ ਵਿੱਚ ਆਪਣਾ ਇੰਟਰਸਟ ਦਿਖਾ ਰਿਹਾ ਸੀ ਇਤੋਂ ਤੱਕ ਕਿ ਦੋਸਤੋ ਕ੍ਰਿਕਟ ਖਿਡਾਰੀ ਵੀ ਸਿੱਧੂ ਮੂਸੇਵਾਲੇ ਦੇ ਫੈਨ ਨੇ ਹੁਣ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਈ ਨਾ ਕੋਈ ਸਟਾਰ ਤਾਂ ਇੱਥੇ ਵੀ ਸ਼ਾਇਦ ਹੋ ਸਕਦਾ ਹੈ ਚਲੋ ਦੋਸਤੋ ਇਹ ਗੱਲਾਂ ਤਾਂ ਇੱਕ ਸਾਈਡ ਤੇ ਰਹਿ ਗਈਆਂ ਪਰ ਸਿੱਧੂ ਮੂਸੇਵਾਲਾ ਯੂਕੇ ਹੈ ਜਾਂ ਕਿਤੇ ਹੋਰ ਹੈ ਪਰ ਸ਼ੂਟਿੰਗਾਂ ਨਾਲ ਹੀ ਰਿਲੇਟਡ ਕੰਮ ਕਰ ਰਿਹਾ ਹੈ ਕਈ ਗਾਣਿਆਂ ਦੀਆਂ ਵੀ ਹੋ ਸਕਦੀਆਂ ਨੇ ਜਾਂ ਫਿਲਮਾਂ ਦੀਆਂ ਵੀ ਹੋ ਸਕਦੀਆਂ ਨੇ ਤੇ ਦੋਸਤੋ ਇੱਥੇ ਹੁਣ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਕਰਨ ਔਜਲੇ ਦਾ ਜੱਸ ਦੀ ਕੀ ਐਲਬਮ ਦੀ ਚਲੋ ਕਾ ਦੇ ਆਓ ਕੱਚੇ ਹਮਕਾਨਾਂ ਵਾਲੇ ਯਾਰ ਜੱਟ ਦੇ ਜੱਟਾਂ ਨੂੰ ਪੁੱਤਿਆਂ ਜਮਾਨਾ ਐਸ ਰਿਲੇਟਡ ਵੀ ਦੋ ਦੋਸਤੋ ਬੜੀਆਂ ਹੀ ਅਹਿਮ ਜਾਣਕਾਰੀਆਂ ਨੇ ਪਹਿਲੀ ਗੱਲ ਤਾਂ ਇਹੀ ਹੈ ਦੋਸਤੋ ਇਸ ਦੀ ਵੀਡੀਓ ਨੂੰ ਮੋਸਟ ਐਕਸਪੈਂਸਸ ਵੀਡੀਓ ਮੰਨਿਆ ਗਿਆ ਹੈ ਕਰਨ ਔਜਲਾ ਦੇ ਜਿੰਨੇ ਵੀ ਹਲੇ ਤੱਕ ਗਾਣੇ ਆਏ ਹਨ ਇਦਾਂ ਦੀ ਹੀ ਜਾਣਕਾਰੀ ਦੋਸਤੋ ਜੋ ਇਸ ਗਾਣੇ ਦਾ ਡਾਇਰੈਕਟਰ ਹੈ ਰੂਪਨਬਲ ਉਸਨੇ ਦਿੱਤੀ ਹੈ ਕਿ ਐਵਰੇਜ ਜੋ ਪੰਜਾਬੀ ਮੂਵੀਜ਼ ਦਾ ਖਰਚ ਹੁੰਦਾ ਹੈ ਉਹਨਾਂ ਸਿਰਫ ਇਸ ਵੀਡੀਓ ਤੇ ਹੀ ਖਰਚ ਕਰ ਦਿੱਤਾ ਗਿਆ ਹੈ ਯਾਰ ਜੱਟ ਦੇ ਗਾਣੇ ਦੀ ਤੇ ਦੋਸਤੋ ਇਸ ਤੋਂ ਇਲਾਵਾ ਚਲੂ ਬਰੁਧੀ ਹਰ ਟੈਸਟ ਨਾਲ ਤਾਂ ਜੁੜਿਆ ਹੀ ਜਾਂਦਾ ਹੈ ਹਰੇਕ ਗਾਣੇ ਨੂੰ ਚਾਹੇ ਉਹ ਕਰਨ ਔਜਲੇ ਦਾ ਹੋਵੇ ਚਾਹੇ ਸਿੱਧੂ ਮੂਸੇਵਾਲਾ ਦਾ ਦੋਨਾਂ ਦੇ ਗਾਣਿਆਂ ਤੋ ਇੰਨਾਂ ਗੱਲਾਂ ਦੇ ਬਾਵਜੂਦ ਥੋੜੇ ਟਾਈਮ ਵਿੱਚ ਚੰਗੇ ਵਿਊਜ਼ ਵੀ ਆ ਗਏ ਹਨ ਪਰ ਦੋ ਪੱਖ ਰੱਖੇ ਗਏ ਹਨ ਸੋਸ਼ਲ ਮੀਡੀਆ ਤੇ ਕੁਝ ਕੁ ਦੋਸਤੋ ਉਹ ਸਨ ਜਿਹੜੇ ਕਿ ਇਸ ਗਾਣੇ ਦੇ میوزਿਕ ਨੂੰ ਲੈ ਕੇ ਜਾਂ ਇੱਕ ਦੋ ਹੋਰ ਨਾ ਕਾਰਨਾ ਕਰਕੇ ਇਸ ਦਾ ਕ੍ਰਿਡਿਟਿਸਿਮ ਕਰ ਰਹੇ ਸਨ ਉਹ ਤਾਂ ਦੋਸਤੋ ਹਰੇਕ ਪਾਸੇ ਹੀ ਹੁੰਦੇ ਹਨ ਤੇ ਉਸ ਤੋਂ ਹੀ ਦੁੱਗਣੇ ਜਾਂ ਤਿੱਗਣੇ ਲੋਕ ਕਹਿ ਸਕਦੇ ਹਨ ਐਸ ਦੀ ਤਾਰੀਫ ਕਰ ਰਹੇ ਸਨ ਐਸ ਨੂੰ ਵਧੀਆ ਕਹਿ ਰਹੇ ਸਨ ਵੀਡੀਓ ਬਾਰੇ ਤਾਂ ਦੋਸਤੋ ਵੈਸੇ ਕੋਈ ਵੀ ਕਮੀ ਨਹੀਂ ਰੂਪਨ ਵਾਲੇ ਨੇ ਪੂਰਾ ਜ਼ੋਰ ਲਗਾਇਆ ਹੈ ਚਲੋ میوزਿਕ ਨੂੰ ਲੈ ਕੇ ਹਰੇਕ ਕਿਤੇ ਹੀ ਦੋਸਤੋ ਫਿਰ ਕ੍ਰਿਡਿਟਿਸਿਮ ਤਾਂ ਹੁੰਦਾ ਹੀ ਰਹਿੰਦਾ ਹੈ ਅਸੀਂ ਨਹੀਂ ਕ ਚਰਚਾ ਦਾ ਹੀ ਵਿਸ਼ਾ ਨੇ ਕਰਨ ਔਜਲਾ ਦੇ ਫੈਨ ਵੀ ਇਹਨਾਂ ਗੱਲਾਂ ਦੀ ਚਰਚਾ ਕਰ ਰਹੇ ਹਨ ਸਿੱਧੂ ਦੀਆਂ ਨੇਤਾ ਕਰਨਾ ਹੀ ਹੈ ਵੈਸੇ ਦੋਸਤੋ YouTube ਤੇ ਇਸ ਦਾ ਪ੍ਰੀਮੀਅਰ ਲੱਗਣ ਤੋਂ ਹੀ ਪਹਿਲਾਂ ਜਾਂ ਕਹਿ ਲਓ ਰਿਲੀਜ਼ ਹੋਣ ਤੋਂ ਹੀ ਪਹਿਲਾਂ ਇਸ ਦਾ ਆਡੀਓ Spotify ਤੇ ਇੱਕ ਦੋ ਹੋਰ ਨਾ ਆਨਲਾਈਨ ਪਲੇਟਫਾਰਮ ਤੇ ਆ ਚੁੱਕਾ ਸੀ ਜਿਸ ਕਰਕੇ ਬਹੁਤ ਸਾਰੇ ਲੋਕਾਂ ਨੇ ਪਹਿਲਾਂ ਹੀ ਸੁਣ ਲਿਆ ਸੀ ਸੋ ਦੋਸਤੋ ਤੁਸੀਂ ਇਸ ਪੂਰੇ ਮੁੱਦੇ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਇਹ ਗਾਣਾ ਕਿਦਾਂ ਦਾ ਲੱਗਾ ਮੋਸਟ ਐਕਸਪੈਂਸਸ ਵੀਡੀਓ ਟੂ ਸਕੂਲ ਦਾ 뮤직 ਵਾਈਬ ਚੈੱਕ ਪ੍ਰੋਗਰਾਮ ਤੇ ਦੋਸਤੋ ਸਭ ਗੱਲਾਂ ਕਲੀਅਰ ਹੀ ਸਨ ਕਿ ਇਹ ਇਹ 뮤직 ਰਹਿਣ ਵਾਲਾ ਹੈ ਸਾਰੇ ਹੀ ਗਾਣਿਆਂ ਵਿੱਚ ਤੇ ਹਲੇ ਵੀ ਕੁਝ ਆਂ ਦਿਨਾ ਸਮਝੋ ਗੱਲ ਦੋਸਤੋ ਬਾਹਰ ਹੀ ਹੈ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਦੋਸਤੋ ਇੱਥੇ ਹੁਣ ਅਸੀਂ ਗੁਰਦਾਸ ਮਾਨ ਦਾ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਸੋਸ਼ਲ ਮੀਡੀਆ ਤੇ ਉਸ ਦਾ ਵੀ ਕਾਫੀ ਮੁੱਦਾ ਪਕਿਆ ਹੋਇਆ ਹੈ ਕਈ ਪੰਜਾਬੀ ਆਰਟਿਸਟ ਵੀ ਇਸ ਦਾ ਜ਼ਿਕਰ ਕਰ ਰਹੇ ਹਨ ਇਹ ਗੱਲ ਤਾਂ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਗੁਰੂ ਅਮਰਦਾਸ ਜੀ ਬਾਰੇ ਜੋ ਉਹਨਾਂ ਨੇ ਬਿਆਨ ਦਿੱਤਾ ਸਨ ਉਸ ਕਰਕੇ ਉਹਨਾਂ ਤੇ 295 ਏ ਦੇ ਤਹਿਤ ਤਾਰਾ ਲਗਾਈ ਗਈ ਸੀ ਕਿਸ ਦਰਜ ਹੋ ਗਿਆ ਸੀ ਐਫ ਆਰ ਦਰਜ ਹੋ ਗਈ ਸੀ ਪਰ ਦੋਸਤੋ ਉਸ ਤੋਂ ਬਾਅਦ ਮਤਲਬ ਵਾਰੰਟ ਵੀ ਸ਼ਾਇਦ ਕੱਢੇ ਗਏ ਸਨ ਤੇ ਜਿਸ ਬਾਰੇ ਕੀ ਐਂਟੀ ਸਪੀਡਰੀ ਬੈਲ ਵੀ ਗ ਇਸੀ ਅਦਾਲਤ ਵਿੱਚ ਲਗਾਈ ਸੀ ਤੇ ਜੈਸ ਨੂੰ ਕੀ ਦੋਸਤੋਂ ਰੱਦ ਕਰ ਦਿੱਤਾ ਗਿਆ ਹੈ ਮਤਲਬ ਉਹਨਾਂ ਦੀ ਬੇਲ ਗ੍ਰਾਂਟ ਨਹੀਂ ਦਿੱਤੀ ਗਈ ਸ਼ਾਇਦ ਹੁਣ ਉਹ ਗ੍ਰਿਫਤਾਰ ਵੀ ਹੋ ਸਕਦੇ ਹਨ ਜਾਂ ਹੋਰ ਕੋਈ ਕਾਰਵਾਈ ਉਹਨਾਂ ਤੇ ਅੱਗੇ ਵੱਧ ਸਕਦੀ ਹੈ ਤੇ ਦੋਸਤੋਂ ਇਹ ਮੁੱਦਾ ਹੁਣ ਇੱਕ ਰਾਜਨੀਤਿਕ ਮੁੱਦਾ ਵੀ ਬਣਦਾ ਜਾ ਰਿਹਾ ਹੈ ਹੁਣ ਅਸੀਂ ਕਿਸੇ ਦਾ ਆਰਾਮ ਦਾ ਨਹੀਂ ਲਵਾਂਗੇ ਕਈ ਸਿਆਸੀ ਪਾਰਟੀਆਂ ਇਸ ਦੀ ਸਪੋਰਟ ਕਰ ਰਹੀਆਂ ਨੇ ਤੇ ਬਹੁਤ ਸਾਰੇ ਲੋਕ ਸਿਰਫ ਆਪਣੀਆਂ ਬੂਟਾਂ ਕਰਨ ਹੀ ਇਸ ਨੂੰ ਬੁਰਾ ਪਲਾ ਵੀ ਬੋਲ ਰਹੇ ਹਨ ਦੋਨੇ ਹੀ ਦੋਸਤੋਂ ਤੁਹਾਡਾ ਗਲਤ ਨਹੀਂ ਅਸੀਂ ਤਾਂ ਇਦਾਂ ਹੀ ਕਹਿਣਾ ਚਾਹਾਂਗੇ ਕਿਉਂਕਿ ਸਿਆਸੀ ਪਾਰਟੀਆਂ ਦਾ ਸਿਰਫ ਤੇ ਸਿਰਫ ਆਪਣਾ ਨਿੱਜੀ ਮਕਸਦ ਹੁੰਦਾ ਹੈ ਪਰ ਸੀ ਇਸ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਗੁਰਦਾਸ ਮਾਨ ਨੇ ਜੂ ਬਿਆਨ ਦਿੱਤਾ ਹਾਲਾਂਕਿ ਦੋਸਤੋ ਉਸਨੇ ਸਪੈਸ਼ਲ ਤੌਰ ਤੇ ਇਸ ਬਾਰੇ ਮਾਫੀ ਵੀ ਮੰਗ ਲਈ ਸੀ ਬਹੁਤ ਸਾਰੇ ਲੋਕਾਂ ਦਾ ਤਾਂ ਇਹੀ ਕਹਿਣਾ ਸੀ ਕਿ ਅਸੀਂ ਮਾਫ ਨਹੀਂ ਕਰ ਸਕਦੇ ਤੁਸੀਂ ਇਦਾਂ ਕਿਉਂ ਕੀਤਾ ਆਹ ਸਾਲ ਪਹਿਲਾਂ ਵੀ ਤੁਸੀਂ ਬੱਤੀ ਵਾਲੀ ਗੱਲ ਕੀਤੀ ਹੁਣ ਦੋਸਤੋ ਇਸ ਬਾਰੇ ਅਸੀਂ ਕੀ ਕਹੀਏ ਸੋਸ਼ਲ ਮੀਡੀਆ ਤੇ ਹੀ ਮਤਲਬ ਜਦੋਂ ਇਹਨਾਂ ਦਾ ਬਿਆਨ ਆਇਆ ਸੀ ਮਾਫੀ ਮੰਗਣ ਤੋਂ ਵੀ ਬਾਅਦ ਅਰੇਸਟ ਗੁਰਦਾਸ ਮਾਨ ਵਾਲਾ ਹੈਸ਼ਟੈਗ ਟ੍ਰੈਂਡ ਹੋ ਚੁੱਕਾ ਸੀ ਕਿ ਦੋਸਤੋ ਹੁਣ ਵਾਕਈ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜਾਂ ਉਹ ਅੱਗੇ ਹੋਰ ਅਦਾਲਤ ਵਿੱਚ ਜਾਣਗੇ ਹਾਈ ਕੋਰਟ ਵਿੱਚ ਜਾਣਗੇ ਇਹ ਵੀ ਦੋਸਤੋ ਉਹਨਾਂ ਸੋਸ਼ਲ ਮੀਡੀਆ ਤੇ ਤਾਂ ਉਹਨਾਂ ਦਾ ਬਾਈਗੜ ਹੀ ਕੀਤਾ ਜਾ ਰਿਹਾ ਹੈ ਤੇ ਦੋਸਤੋ ਇੱਥੇ ਹੁਣ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਦਿਲਜੀਤ ਦਸਾਂਜ ਦਾ ਐਲਬਮ ਦੀ ਪੂਰੀ ਕਰਦੇ 28 ਹੋਈ ਹੈ ਪਰ ਆਪਣੇ ਫੈਨਸ ਦੀਆਂ ਵੀਡੀਓ ਨੂੰ ਹੀ ਸਪੈਸ਼ਲ ਤੌਰ ਤੇ ਸ਼ੇਅਰ ਕਰ ਰਿਹਾ ਹੈ ਤੁਸੀਂ ਦੇਖ ਹੀ ਲਵੋ ਦੋਸਤੋ ਪੋਸਟਾਂ ਦੇਖੋ 8000 ਤੋਂ ਕਿਤੇ ਉੱਪਰ ਇਸ ਤੋਂ ਇਹ ਸ਼ਬਦ ਹੁੰਦਾ ਹੈ ਕਿ ਦਿਲਜੀਤ ਆਪਣੇ ਫੈਨਾਂ ਨੂੰ ਐਜ਼ ਅ ਫੈਮਿਲੀ ਮੈਂਬਰ ਟਰੀਟ ਕਰਦਾ ਹੈ ਹਰੇਕ ਦੀ ਪੋਸਟ ਸ਼ੇਅਰ ਕਰਦਾ ਹੈ ਤੇ ਦੋਸਤੋ ਇਹਨਾਂ ਗੱਲਾਂ ਦੇ ਬਾਵਜੂਦੂ ਜੋ ਮੇਨ ਗੱਲ ਹੈ ਕਿ ਕੱਲ ਨੂੰ ਵਾਈ ਵਗਾਣੇ ਦੀ ਵੀਡੀਓ ਆ ਰਹੀ ਹੈ ਆਡੀਓ ਨੂੰ ਤਾਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਤੁੜ ਰਹੀ ਹੈ ਇਹ ਐਲਬਮ ਮਿਲਵਰ ਚਾਰਟ ਤੇ ਵੀ ਪੂਰੀ ਤੱਕ ਪਾਈ ਹੋਈ ਹੈ ਤੇ ਦੋਸਤੋ ਅਗਲੀ ਜੋ ਵੀਡੀਓ ਦੱਸੀ ਜਾ ਰਹੀ ਹੈ ਉਹ ਹੈ ਲੂਨਾ ਗਾਣੇ ਦੀ ਜੋ ਕਿ ਆਲਰੇਡੀ ਕਨਸੈਪਟ ਕਹ ਲਓ ਜਾਂ ਆਲਰੇਡੀ ਉਹ ਸ਼ੂਟ ਹੋ ਚੁੱਕੀ ਹੈ ਤੇ ਇਸ ਤੋਂ ਇਲਾਵਾ ਵੌਇਡ ਗਾਣਾ ਜਿਸ ਵਾਰੀ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਹਾਂ ਇਸ ਗਾਣੇ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ਤੇ ਇੱਕ ਦੋਸਤੋ ਬਾਲੀਵੁੱਡ ਦਾ ਡਾਇਰੈਕਟਰ ਜਿਸ ਨੇ ਕਈ ਵੈਬ ਸੀਰੀਜ਼ ਵੀ ਮਤਲਬ ਡਾਇਰੈਕਟ ਕੀਤੀਆਂ ਨੇ ਉਹ ਇਸ ਗਾਣੇ ਦੀ ਵੀਡੀਓ ਸ਼ੂਟਿੰਗ ਕਰ ਰਿਹਾ ਹੈ ਸੋ ਦੋਸਤੋ ਬਾਲੀਵੁੱਡ ਜਾਂ ਹਾਲੀਵੁੱਡ ਦਾ ਟੱਚ ਰਹੇਗਾ ਵੌਇਡ ਗਾਣੇ ਦੀ ਵੀ ਵੀਡੀਓ ਵਿੱਚ ਤੇ ਦੋਸਤੋ ਇ ਇਹ ਮੈਂ ਜ਼ਿਕਰ ਕਰਨ ਵਾਲੇ ਹਾਂ ਦੋ ਗੱਲਾਂ ਦਾ ਦੋਸਤੋ ਉਸ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਇੱਕ ਕਿਸੇ ਨੇ ਕਿਸਾਨ ਅੰਦੋਲਨ ਖਿਲਾਫ ਬਿਆਨ ਦਿੱਤਾ ਸੀ ਜਿਸ ਕਰਕੇ ਇਸ ਦੇ ਪਿਤਾ ਜੀ ਵੀ ਇਸ ਦੇ ਖਿਲਾਫ ਹੋ ਗਏ ਸਨ ਤੇ ਇਸ ਤੋਂ ਇਲਾਵਾ ਇਹ ਸਿੱਧੂ ਮੂਸੇਵਾਲਾ ਦਾ ਫੈਨ ਹੈ ਮਤਲਬ ਕਰੰਟ ਫੇਵਰਿਟ ਆਰਟਿਸਟ ਉਸ ਦਾ ਉਹੀ ਹੈ ਪਰ ਇਹਨਾਂ ਦੋ ਗੱਲਾਂ ਦੇ ਬਾਵਜੂਦ ਦੋਸਤੋ ਉਸ ਨੇ ਇੱਕ ਟਿੱਪਣੀ ਕੀਤੀ ਸੀ ਜਾਤੀ ਆਧਾਰਿਤ ਹੀ ਜਿਸ ਕਰਕੇ ਉਸ ਦੇ ਹਰਿਆਣਾ ਦੀ ਪੁਲਿਸ ਵੱਲੋਂ ਐਫ ਆਈ ਆਰ ਦਰਜ ਕਰੀ ਗਈ ਸੀ ਕੁਝ ਕੁ ਲੋਕ ਦੋਸਤੋ ਉਸ ਦੇ ਪੱਖ ਵਿੱਚ ਦੇ ਸਨ ਤੇ ਇਸ ਅਪੱਤੀ ਜਨਕ ਟਿੱਪਣੀ ਕਰਕੇ ਬਹੁਤ ਸਾਰੇ ਲੋਕ ਉਸ ਦਾ ਵਿਰੋਧ ਵੀ ਕਰ ਰਹੇ ਸਨ ਸ਼ਾਇਦ ਦੋਸਤੋ ਤੁਹਾਨੂੰ ਨ ਇਹ ਗੱਲ ਦਾ ਬਲੀ ਸੀ ਜ਼ਿਕਰ ਹੀ ਨਹੀਂ ਸੀ ਕੀਤਾ ਪਰ ਹੁਣ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹਰਿਆਣਾ ਦੀ ਪੁਲਿਸ ਜਿੱਥੇ ਮਤਲਬ ਏਫ ਆਈ ਆਰ ਦਰਜ ਹੋਈ ਸੀ ਉਹਨਾਂ ਨੇ ਯੂਰਾਜ ਸਿੰਘ ਦਾ ਜੋ ਮੋਬਾਈਲ ਹੈ ਉਸ ਨੂੰ ਜਬਤ ਕਰ ਲਿਆ ਹੈ ਹੁਕਮ ਦਿੱਤੇ ਸੀ ਸੌਪਣ ਦੇ ਇੱਕ ਦੋ ਦਿਨਾਂ ਬਾਅਦ ਭਰਾ ਨੇ ਸੌਂਪ ਦਿੱਤਾ ਤੇ ਅਗਾਂਹ ਦੀ ਕਾਰਵਾਈ ਵੀ ਦੋਸਤੋ ਹੁਣ ਬਹੁਤ ਜਲਦੀ ਹੀ ਹੋਵੇਗੀ ਇੱਕ ਦੋ ਦਿਨਾਂ ਤੱਕ ਫਿਰ ਭਰਾ ਦੀ ਪੇਸ਼ੀ ਹੈ ਬਹੁਤ ਹੀ ਕੁਝ ਨਵਿਕਲਾ ਦੋਸਤੋ ਇੰਡੀਆ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕੱਲ 30 40 ਸੈਲੀਬ੍ਰਿਟੀਆਂ ਦੇ ਕੇਸ ਵੀ ਦਰਜ ਹੋਇਆ ਅਕਸ਼ੇ ਕੁਮਾਰ ਸਲਮਾਨ ਖਾਨ ਅਜੀ ਦੇਵਗਨ ਉਹਨਾਂ ਤੇ ਅਕਸ਼ੇ ਕੁਮਾਰ ਦਾ ਦੋਸਤ ਦੀ ਦਾ ਕੱਲ ਦਿਹਾਂਤ ਹੋਇਆ ਚਲੋ ਦੁਖਦਾਈ ਤਾਂ ਗੱਲ ਜ਼ਰੂਰ ਹੈ ਪਰ ਜਦੋਂ ਕੁਝ ਕੋ ਪੰਜਾਬੀ ਆਰਟਿਸਟਾਂ ਨੇ ਕਹਿ ਲਓ ਜੈਸ ਇੰਸਟਾਗ੍ਰਾਮ ਪੀਰ ਵਾਲੇ ਨੇ ਇਹ ਗੱਲ ਸ਼ੇਅਰ ਕੀਤੀ ਤਾਂ ਦੇਖ ਰਹੀ ਸੀ ਅਸੀਂ ਕੁਝ ਅਪੱਤੀ ਜਨਕ ਕਮੈਂਟ ਆ ਰਹੇ ਸਨ ਕਿਉਂਕਿ ਦੋਸਤੋ ਸਾਫ਼ ਤੌਰ ਤੇ ਹੀ ਤੁਹਾਨੂੰ ਪਤਾ ਹੈ ਕਿਸਾਨ ਅੰਦੋਲਨ ਦੀ ਸਪੋਰਟ ਨਾ ਕਰਨਾ ਜਾਂ ਉਹਨਾਂ ਦੇ ਖਿਲਾਫ ਬਿਆਨ ਦੇਣਾ ਤੇ ਦੋਸਤੋ ਕਿਸਾਨ ਅੰਦੋਲਨ ਬਾਰੇ ਹੀ ਤੁਹਾਨੂੰ ਇੱਕ ਹੋਰ ਬੜੀ ਹੀ ਅਹਿਮ ਗੱਲ ਦੱਸਤੀ ਹੈ ਜਿੱਥੇ ਮੁਜ਼ਫਰਪੁਰ ਕਰਨਾਲ ਮਹਾਪੰਦੇਤ ਚੱਲ ਰਹੀ ਹੈ ਉੱਥੇ 24 ਘੰਟਿਆਂ ਲਈ ਹੋਰ نیٹ ਬੰਦ ਕਰ ਦਿੱਤਾ ਗਿਆ ਹੈ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ਰੋਕਣ ਲਈ ਲਗਾਏ ਸਨ ਕਿਸਾਨ ਰਾਤਾਂ ਨੂੰ ਉੱਥੇ ਹੀ ਸੁੱਤੇ ਸਨ ਤੁਸੀਂ ਦੇਖ ਲਓ ਦੋਸਤੋ ਪ੍ਰਸ਼ਾਸਨ ਵੀ ਇੱਕ ਤਰ੍ਹਾਂ ਨਾਲ ਦੁਖੀ ਹੀ ਹੈ ਸਰਕਾਰ ਨੂੰ ਕਹਿ ਰਹੇ ਹਨ ਤੇ ਆਮ ਲੋਕ ਵੀ ਦੁਖੀ ਨੇ ਤੇ ਉਹ ਚੰਦਕ ਲੋਕ ਉੱਪਰ ਬਹਿ ਕੇ ਕੁਰਸੀਆਂ ਦੇ ਬੈਠ ਕੇ ਸਾਰੀ ਕਾਰਗੁਜ਼ਾਰੀ ਕਰ ਰਹੇ ਹਨ ਸਮਝਣ ਦੀ ਲੋੜ ਹੈ ਕਟਪੁਤਰੀਆਂ ਆਪਾਂ ਕਿਸੇ ਦੀਆਂ ਨਾ ਬਣੀਏ ਬਾਕੀ ਦੋਸਤੋ ਤੁਸੀਂ ਸਾਰੀ ਗੱਲ ਸਮਝ ਹੀ ਗਏ ਹੋਵੋਗੇ ਪਰ ਹਾਂ ਨੈਟ ਜੋ ਬੰਦ ਕੀਤਾ ਗਿਆ ਹੈ ਉਸ ਕਰਕੇ ਬਹੁਤ ਹੀ ਜ਼ਿਆਦਾ ਮੁਸ਼ਕਲ ਆ ਰਹੀ ਹੈ ਕਿੱਥੇ ਪਾਣੀ ਦੀ ਘਾਟ ਹੈ ਕਿੱਥੇ ਲੰਗਰ ਚਲਿਆ ਗਿਆ ਕਿੱਥੇ ਨਹੀਂ ਗਿਆ ਚਲੋ ਸਾਰਾ ਕੁਝ ਮੈਨੇਜ ਤਾਂ ਜ਼ਰੂਰ ਹੋ ਜਾਵੇਗਾ ਜਾ ਕੇ ਲੋਕ ਪੁੱਛ ਰਹੇ ਹਨ ਪਰ ਹਾਂ ਇਹ ਸਭ ਸਿਵਾਵਾ ਬੰਦ ਕਰਨ ਪਿੱਛੇ ਵੀ ਸਰਕਾਰ ਦਾ ਬਹੁਤ ਵੱਡਾ ਹੱਥ ਹੈ ਕਿ ਅਸਲ ਚੀਜ਼ ਅਸਲ ਮੀਡੀਆ ਨੂੰ ਇਹ ਸਭ ਕੁਝ ਪਤਾ ਹੀ ਨਾ ਲੱਗੇ ਪਰ ਕਦੋਂ ਤੱਕ ਸਾਡੀ ਆਵਾਜ਼ ਨੂੰ ਬੰਦ ਕਰੋਗੇ ਕਦੇ ਨਾ ਕਦੇ ਤਾਂ ਸਾਰੇ ਪੇਦ ਖੋਲ ਹੀ ਜਾਣੇ ਨੇ ਤੇ ਦੋਸਤੋ ਆਪਾਂ ਪੰਜਾਬੀ 뮤직 ਇੰਡਸਟਰੀ ਵੱਲ ਮੁੜ ਹੀ ਪਰਤਦੇ ਹਾਂ ਬਾਲੀਵੁੱਡ ਦਾ ਰੈਪਰ ਬਾਦਸ਼ਾ ਉਸ ਬਾਰੇ ਦੋ ਬੜੀਆਂ ਹੀ ਅਹਿਮ ਗੱਲਾਂ ਨੇ ਇੱਕ ਦੋਸਤ ਉਸ ਦਾ ਗਾਣਾ ਰਿਲੀਜ਼ ਹੋਇਆ ਹੈ ਜਿਸ ਵਿੱਚ ਕੀ ਦਾ ਲੰਡੀਜ਼ ਸ਼ਾਇਦ ਅਸੀਂ ਪ੍ਰੋਨਨਸੀਏਸ਼ਨ ਗਲਤ ਕਰ ਦਿੱਤੀ ਤਿੰਨ ਭਰਾ ਹੁਣੀ ਨੇ ਪੰਜਾਬੀ 뮤직 ਇੰਡਸਟਰੀ ਵਿੱਚ ਉਹਨਾਂ ਦਾ ਵੀ ਨਾਮ ਵੱਖਰਾ ਹੀ ਹੈ ਉਹ ਇਸ ਦੀ ਵੀਡੀਓ ਵਿੱਚ ਨਜ਼ਰ ਆਏ ਹਨ ਤੇ ਇਸ ਤੋਂ ਇਲਾਵਾ ਉਹ ਦੀ ਡਿਜ਼ਾਈਨ ਦੇ ਐਲਬਮ ਨੂੰ ਪਹਿਲਾਂ ਸ਼ੇਅਰ ਕਰ ਚੁੱਕਾ ਹੈ ਤੇ ਹੁਣ ਇੱਕ ਉਸ ਦਾ ਗਾਣਾ ਵੀ ਸੁਣਦਾ ਦਿਖਾਈ ਦਿੱਤਾ ਹੈ ਤੁਸੀਂ ਦੋਸਤੋ ਇਸ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਇੱਕ ਨਿੱਕੀ ਜਿਹੀ ਰਿਕਵੈਸਟ ABC ਪੰਜਾਬੀ ਪੁਆਇੰਟਰ ਲਾਈਵ ਰਿਸਦਾ ਕਿ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਉਸਦੇ ਅਸੀਂ ਗੇਮਿੰਗ ਡਾਇਰੈਕਸ਼ਨ ਦੇ ਬਲੌਗ ਵਾਲੀਆਂ ਵੀਡੀਓ ਲੈ ਕੇ ਆ ਰਹੇ ਹਾਂ ਜੇ ਹੋ ਸਕੇ ਤਾਂ ਉਸ ਚੈਨਲ ਨੂੰ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ